पिछले दिनी नेपाल विच हुईयां 13 साउथ एशियन गेम्स कबड्डी कॉम्पिटिशन विच 7 वक्-वक् देशां दीआं टीमां ने भाग लिया सी। इस टूरनामेंट विच खेडदिआं भारत ने अपने विरोधी देशां नूं हरा के इस कप उत्ते कब्जा कीता, जिस दे चलदिआं भारत दी टीम विच पंजाब दी इक्को इक खेडण वाली खिडारन दा शहर रोपड़ पुज्जण ते खेड प्रमोटरां अते इलाके दे लोकां वल्लों जोरदार भरवां स्वागत कीता गिआ। ਉਥੇ ਇਸ ਮੌਕੇ ਤੇ ਖਿਡਾਰਨ ਹਰਵਿੰਦਰ ਕੌਰ ਨੋਣਾ ਦੇ ਨਾਲ ਵੀ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਦਿੱਲੀ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਦਿੱਲੀ ਪੁੱਜਣ ਤੇ ਦਿੱਲੀ ਸਰਕਾਰ ਦੇ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ, ਪਰ ਜਿਵੇਂ ਹੀ ਉਹ ਪੰਜਾਬ ਪੁੱਜੇ ਤਾਂ ਕਿਸੇ ਨੇ ਉਹਨਾਂ ਦਾ ਹਾਲ ਚਾਲ ਜਾਣਨਾ ਵੀ ਵਾਜਬ ਨਾ ਸਮਝਿਆ। ਖਿਡਾਰਨ ਹਰਵਿੰਦਰ ਕੌਰ ਨੇ ਇਸ ਮੌਕੇ ਤੇ ਪੰਜਾਬ ਸਰਕਾਰ ਦੇ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਮੈਂ ਹਰਵਿੰਦਰ ਕੌਰ ਨੋਣਾ, ਕਬੱਡੀ ਦੀ ਪਲੇਅਰ ਹਾਂ। ਮੈਂ ਨੇਪਾਲ ਵਿੱਚ ਸਾਊਥ ਏਸ਼ੀਆ ਗੇਮ ਹੋ ਰਹੀ ਸੀ ਅਤੇ ਉੱਥੇ ਇੱਕ ਬਹੁਤ 8 ਟੀਮਾਂ ਰੱਖੀਆਂ ਦੀਆਂ, ਸਾਡੇ ਬਹੁਤ ਸਾਰੀਆਂ ਮੈਚ ਟੀਮਾਂ ਨਾਲ ਮੈਚ ਹੋਇਆ, ਸ਼੍ਰੀਲੰਕਾ, ਪਾਕਿਸਤਾਨ, ਨੇਪਾਲ। ਅਤੇ ਮੈਂ ਸਰਕਾਰ ਨਾਲ ਸਾਰੇ ਮਤਲਬ ਪੰਜਾਬ ਵਿੱਚ ਪੰਜਾਬ ਦੀ ਇੱਕ ਪਲੇਅਰ ਆ ਜਿਹੜੀ ਏਸ਼ੀਆ ਖੇਡ ਕੇ ਆਈ ਹਾਂ। ਪੰਜਾਬ ਸਰਕਾਰ ਨੂੰ ਇਹ ਨਹੀਂ ਹਜੇ ਤੱਕ ਪਤਾ ਚੱਲਿਆ, ਨਾ ਕੋਈ ਨਿਊਜ਼, ਨਾ ਕੋਈ ਖਬਰ, ਕੋਈ ਵੀ ਨਾ ਹੀ ਆਏ ਹੋਏ ਪਲੇਅਰਾਂ ਦਾ ਕੋਈ ਸਨਮਾਨਿਤ ਕਰ ਰਹੇ ਹਾਂ। ਅੱਜ ਮੇਰੇ ਰੋਪੜ ਜ਼ਿਲ੍ਹੇ 'ਚ ਆਏ ਅਤੇ ਮੇਰਾ ਅੱਜ ਸਨਮਾਨਿਤ ਕਰਿਆ ਨਹਿਰੂ ਸਟੇਡੀਅਮ ਦੇ ਵਿੱਚ, ਉਹ ਵੀ ਰੋਪੜ ਡਿਸਟ੍ਰਿਕਟ ਦੇ ਮਤਲਬ ਖੇਡ DSO ਰੋਪੜ ਦੇ ਨਾਲ ਉਹਨਾਂ ਦੇ ਪ੍ਰਧਾਨ ਸੀ ਆਪਣੇ ਕਬੱਡੀ ਦੇ ਐਸੋਸੀਏਸ਼ਨ ਦੇ, ਉਹਨਾਂ ਨਾਲ ਮੇਰਾ ਰੋਪੜ ਪਹੁੰਚ ਕੇ ਨਿੱਘਾ ਸਵਾਗਤ ਕਰਿਆ ਜੀ। ਸਾਡਾ ਉਹਨੇ ਏਅਰਪੋਰਟ 'ਤੇ ਬਹੁਤ ਵਧੀਆ ਸਨਮਾਨਿਤ ਕਰਿਆ ਅਤੇ ਕੈਸ਼ ਪ੍ਰਾਈਜ਼ ਦਿੱਤਾ ਗਿਆ ਜੀ। ਪਰ ਪੰਜਾਬ ਸਰਕਾਰ ਨਾਲ ਸਾਨੂੰ ਕੋਈ ਵੀ ਨਾ ਜੋਬ ਦਾ ਨਾ ਕੈਸ਼ ਦਾ ਕੋਈ ਵੀ ਇਸ ਤਰ੍ਹਾਂ ਦਾ ਕੋਈ ਵੀ ਉਪਰਾਲਾ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਇਸ ਮੌਕੇ 'ਤੇ ਸੀਨੀਅਰ ਕਾਂਗਰਸੀ ਆਗੂ ਜੈਲਦਾਰ ਸਤਵਿੰਦਰ ਸਿੰਘ ਵੀ ਹਾਜ਼ਰ ਸਨ, ਜਿਨ੍ਹਾਂ ਦੇ ਵੱਲੋਂ ਵੀ ਇਸ ਮੌਕੇ ਗੱਲਬਾਤ ਕੀਤੀ ਗਈ। ਖੇਡ ਪ੍ਰਮੋਟਰ ਅਤੇ ਸਾਡੀ ਜੋ ਬੇਟੀ ਜੋ ਨੂਰਪੁਰ ਬੇਦੀ ਦੇ ਲਾਗੇ ਪਿੰਡ ਹੈ ਰਾਏਪੁਰ ਮੁੰਨਾ ਦੀ ਜੰਪਲ ਹੈ, ਅਤੇ ਜਿਹੜੀਆਂ ਨੇਪਾਲ ਦੇ ਵਿੱਚ ਗੇਮਾਂ ਹੋਈਆਂ ਉਹਦੇ ਵਿੱਚ ਪੰਜਾਬ ਦੀ ਸਿਰਫ ਇੱਕੋ ਇੱਕ ਬੇਟੀ ਹਰਵਿੰਦਰ ਕੌਰ ਨੋਨਾ ਨੇ ਉਹਦੇ ਵਿੱਚ ਪਾਰਟੀਸਪੇਟ ਕੀਤਾ ਅਤੇ ਬਹੁਤ ਅੱਛੀ ਗੇਮ ਖੇਡ ਕੇ ਗੋਲਡ ਮੈਡਲ ਜਿੱਤ ਕੇ ਆਏ। 8 ਟੀਮਾਂ ਨੇ ਉੱਥੇ ਪਾਰਟੀਸਪੇਟ ਕੀਤਾ ਹੈ ਅਤੇ ਮੈਂ ਸਰਕਾਰ ਨੂੰ ਇਹ ਮੰਗ ਕਰਦਾ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਮੈਂ ਇਸ ਦੀ ਫਾਈਲ ਵੀ ਰਾਣਾ ਸਾਡੇ ਸਪੀਕਰ ਸਾਹਿਬ KP ਸਿੰਘ ਦੇ ਕੋਲ, ਖੇਡਾਂ ਦੇ ਮੰਤਰੀ ਸਾਡੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਕੋਲ ਇਹਦੀ ਜੋ ਨੌਕਰੀ ਵਾਲੀ ਫਾਈਲ ਹੈ ਮੈਂ ਲੈ ਕੇ ਗਿਆ। ਉਹ ਅਸੀਂ ਉਹ ਨੌਕਰੀ ਦੀ ਮੰਗ ਕਰਦੇ ਹਾਂ ਕਿ ਇਸ ਬੇਟੀ ਨੂੰ ਸਾਡੀ ਨੂੰ ਸਰਕਾਰ ਜਲਦੀ ਤੋਂ ਜਲਦੀ ਨੌਕਰੀ ਦੇਵੇ ਅਤੇ ਜੋ ਪਲੇਅਰਾਂ ਦਾ ਬਣਦਾ ਮਾਣ ਸਤਿਕਾਰ ਜਿਸ ਤਰ੍ਹਾਂ ਬਾਹਰਲੀਆਂ ਸਟੇਟਾਂ ਹਰਿਆਣਾ, ਕਰਨਾਟਕ, ਹੋਰ ਜਿਸ ਤਰ੍ਹਾਂ ਉਹਨਾਂ ਦਾ ਵੱਧ ਤੋਂ ਵੱਧ ਸਵਾਗਤ ਜ਼ਿਲ੍ਹੇ ਦੇ ਵਿੱਚ ਹੁੰਦਾ ਹੈ, ਇਹ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹਨੂੰ ਅਣਗੌਲਿਆ ਨਾ ਕਰੋ, ਜੋ ਪਲੇਅਰਾਂ ਦਾ ਹੌਸਲਾ ਅਫਜਾਈ ਕਰੋ, ਤਾਂ ਹੀ ਅੱਗੇ ਵਾਸਤੇ ਸਾਡੇ ਪਲੇਅਰ ਹੈ ਜਿਹੜੇ ਉਹ ਹੌਸਲੇ ਨਾਲ ਖੇਡਣਗੇ, ਗੋਲਡ ਲੈ ਕੇ ਆਉਣਗੇ। ਜੇ ਇਹਨਾਂ ਨੂੰ ਅਣਗੌਲਿਆ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਖਿਡਾਰੀ ਹੈ ਉਹ ਹੋਰ ਸਟੇਟਾਂ 'ਤੇ ਜਾ ਕੇ ਖੇਡਣਗੇ ਜੇ ਆਪਾਂ ਨੇ ਇਹਨਾਂ ਦੇ ਪੂਰਾ ਸਵਾਗਤ ਨਾ ਕੀਤਾ। ਰੂਪਨਗਰ ਤੋਂ ਸੱਜਣ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI। ਹਰ ਸਮੱਸਿਆ ਦਾ ਗਾਰੰਟੀ ਨਾਲ ਘਰ ਬੈਠੇ ਸਮਾਧਾਨ ਕਰਾਓ। ਵਰਲਡ ਫੇਮਸ ਐਸਟ੍ਰੋਲੋਜਰ ਪੰਡਿਤ ਸ਼੍ਰੀ ਕਾਂਤ ਜੀ। ਮਨ ਚਾਹੇ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਮਨ ਪਸੰਦ ਪ੍ਰੇਮ ਵਿਵਾਹ, ਵਿਛੜਿਆ ਪਿਆਰ ਪਾਣਾ ਹੋਵੇ, ਕਾਰੋਬਾਰ, ਨੌਕਰੀ ਵਿੱਚ ਪਰੇਸ਼ਾਨੀ, ਸਰੀਰਿਕ ਕਸ਼ਟ, ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ, ਬੱਚਿਆਂ ਦਾ ਕਹਿਣ ਤੋਂ ਬਾਹਰ ਹੋਣਾ, ਪੜ੍ਹਾਈ ਵਿੱਚ ਮਨ ਨਾ ਲੱਗਣਾ, ਵਿਦੇਸ਼ ਪੱਕੇ ਹੋਣ ਲਈ PR ਲਈ ਫੋਨ ਕਰੋ। ਸਪੈਸ਼ਲਿਸਟ ਲੋਟਰੀ ਨੰਬਰ ਧਨਵਾਨ ਬਣੋ। ਪਤੀ ਪਤਨੀ ਵਿੱਚ ਅਨਬਨ, ਸੱਸ ਬਹੁ ਵਿੱਚ ਕਲੇਸ਼, 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ, ਲੱਖਾਂ ਲੋਕ ਇਸ ਦਾ ਲਾਭ ਲੈ ਚੁੱਕੇ ਨੇ। ਚਾਰੋ ਪਾਸੋਂ ਨਿਰਾਸ਼ ਵਿਅਕਤੀ ਇੱਕ ਵਾਰ ਫੋਨ ਜ਼ਰੂਰ ਕਰਨ। ਵਰਲਡ ਫੇਮਸ ਐਸਟ੍ਰੋਲੋਜਰ ਪੰਡਿਤ ਸ਼੍ਰੀ ਕਾਂਤ ਜੀ, ਕਾਲ ਕਰਨ ਦੇ ਲਈ ਅੱਜ ਹੀ ਡਾਇਲ ਕਰੋ +1416904996 ਤੇ।